ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਔਨਲਾਈਨ ਟੀਮ ਹੋ, ਅਸੀਂ ਗਰਾਊਂਡ 'ਤੇ ਹਾਂ, ਇਕੱਠੇ ਰਲ ਮਿਲ ਕੇ ਸੇਵਾ ਚੱਲਦੀ ਹੈ। ਇਸੇ ਲਈ ਵਾਰ ਵਾਰ ਗੁਜ਼ਾਰਿਸ਼ ਕਰਦਾ, ਸ਼ੇਅਰ ਕਰਨਾ ਨਾ ਭੁੱਲੋ। ਤੁਹਾਡੇ ਸ਼ੇਅਰ ਕੀਤੇ ਵੀਡੀਓਜ਼ ਦੇਖ ਕੇ ਹੀ ਲੋਕ ਫਾਇਦਾ ਉਠਾ ਪਾ ਰਹੇ ਹੈ। ਹਸਬੈਂਡ ਅੰਦਰ ਪਿਆ, ਪੋਜ਼ਿਟਿਵ ਹੈ। ਲੜਕਾ ਛੋਟਾ 3 ਸਾਲ ਦਾ, 7 ਸਾਲ ਦਾ, ਉਹ ਪੋਜ਼ਿਟਿਵ ਹੈ। ਮਾਂ ਪੋਜ਼ਿਟਿਵ ਹੈ। ਛੋਟੀ ਬੇਟੀ ਦਾ ਟੈਸਟ ਕਰਾਉਣ ਲੱਗੇ ਹਾਂ। ਘਰ ਦੇ ਵਿੱਚ 2 ਕਮਰੇ ਹੈ, ਇੱਕ ਤੁਹਾਡੀ ਦੇਵਰਾਣੀ ਪ੍ਰੈਗਨੈਂਟ, ਹੈ, ਉਸਕੀ ਗੁੜੀਆ ਵੀ 1 ਸਾਲ ਕੀ, ਉਹ ਵੀ ਪੋਜ਼ਿਟਿਵ ਹੈ। ਮੰਮੀ ਡੈਡੀ ਆਪਕੇ, ਉਹ ਵੀ ਪੋਜ਼ਿਟਿਵ ਹੈ। 8 ਜੀਵ 9 ਜੀਵ ਹੈ, 9 ਲੋਕ ਹੈ, 12 ਲੋਕ ਹੈ, 2 ਕਮਰੇ ਹੈ, ਸਾਰੇ ਪੋਜ਼ਿਟਿਵ ਹੈ। ਕਿੱਥੇ ਜਾਏ ਬੰਦਾ, ਕਿਆ ਕਰੇ? ਪੈਸੇ ਦੀ ਕਮੀ, ਡੀਮੋਨੇਟਾਈਜੇਸ਼ਨ, COVID-1 ਵੇਵ, ਸਭ ਨੇ ਕਮਰ ਤੋੜਤੀ ਹੈ ਨਾ। ਹੁਣ ਛੋਟੇ ਬੱਚੇ ਨੂੰ ਕਿਵੇਂ ਐਡਮਿਟ ਕਰੀਏ, ਮੈਨੂੰ ਇਹ ਨਹੀਂ ਸਮਝ ਆਉਂਦਾ। ਬਾਕੀ ਤਾਂ ਸੇਵਾ ਚੱਲ ਰਹੀ ਹੈ ਸਾਰੀ, ਹੈ ਨਾ, ਪੇਸ਼ੈਂਟ ਰਿਕਵਰ ਵੀ ਕਰ ਰਹੇ ਹੈ, ਕੱਲ੍ਹ ਗਏ ਨੇ, ਹੈ ਨਾ, ਇਹ ਸਭ ਰਿਕਵਰੀਆਂ ਚੱਲ ਰਹੀਆਂ। ਜਿਹੜੇ ਪੇਸ਼ੈਂਟ ਰਿਕਵਰ ਕਰ ਗਏ, ਉਹਨਾਂ ਦੇ ਟੈਸਟ ਅੱਜ ਹੋ ਰਹੇ ਜਾਂ ਕੱਲ੍ਹ ਹੋ ਰਹੇ ਨੇ, ਉਹਨਾਂ ਦੀ ਰਿਪੋਰਟ ਵੇਟ ਕਰਾਂਗੇ ਨੈਗੇਟਿਵ। ਪਲੀਜ਼ ਮੇਰੀ ਗੱਲ ਕਰ ਸੁਣੋ। ਲੋਕ ਭਰੋਸਾ ਨਹੀਂ ਕਰ ਰਹੇ ਸਰਕਾਰੀ ਹਸਪਤਾਲ 'ਤੇ, ਲੋਕ ਭਰੋਸਾ ਨਹੀਂ ਕਰ ਰਹੇ ਪ੍ਰਾਈਵੇਟ ਹਸਪਤਾਲ 'ਤੇ। ਕਹਿੰਦੇ ਪੇਸ਼ੈਂਟ ਜਾਂਦਾ ਲਾਸ਼ ਬਣ ਕੇ ਬਾਹਰ ਆਉਂਦਾ, ਮਿਲਣ ਨਹੀਂ ਦਿੰਦੇ, ਡਿਪਰੈਸਿਵ ਮਾਹੌਲ ਇੰਨਾ। ਇੱਥੇ ਗੁਰੂ ਸਾਹਿਬ ਦੀ ਇੰਨੀ ਮਿਹਰ ਹੈ, ਤੁਹਾਡਾ ਇੰਨਾ ਸਾਥ ਹੈ, ਬਾਣੀ ਚੱਲਦੀ ਹੈ ਹਮੇਸ਼ਾ, ਗੁਰਬਾਣੀ ਦਾ ਪ੍ਰਚਾਰ ਰਹਿੰਦਾ ਸਾਰਾ, ਬੜਾ ਪੋਜ਼ਿਟਿਵ ਮਾਹੌਲ ਹੈ। ਇਨਸਾਨ ਨੂੰ ਇਨਸਾਨ ਸਮਝ ਕੇ ਸੇਵਾ ਕੀਤੀ ਜਾਂਦੀ ਹੈ ਨਾ। ਇਹ ਪੋਜ਼ਿਟਿਵਿਟੀ ਤੁਸੀਂ ਸ਼ੇਅਰ ਕਰਨੀ ਔਨਲਾਈਨ, ਹੈ ਨਾ। ਜੇ ਗਰਾਊਂਡ 'ਤੇ ਅਸੀਂ ਸਾਰੇ ਇਕੱਠੇ ਰਲ ਮਿਲ ਕੇ, ਸਾਨੂੰ ਜੇ ਪਰਮਾਤਮਾ ਨੇ, ਉਸ ਅਕਾਲ ਪੁਰਖ ਨੇ ਗਰਾਊਂਡ 'ਤੇ ਸੇਵਾ ਦਾ ਬਲ ਬਖਸ਼ਿਆ, ਤੁਹਾਨੂੰ ਵੀ ਸੇਵਾ ਦਾ ਬਲ ਬਖਸ਼ਿਆ ਔਨਲਾਈਨ। ਪਲੀਜ਼ ਪੋਜ਼ਿਟਿਵਿਟੀ ਨੂੰ ਸਪੋਰਟ ਕਰੋ, ਪੋਜ਼ਿਟਿਵਿਟੀ ਨੂੰ ਸ਼ੇਅਰ ਕਰੋ, ਬਹੁਤ ਜ਼ਰੂਰੀ ਹੈ। ਆਂਟੀ, ਤੁਸੀਂ, ਤੁਹਾਨੂੰ ਵੀ ਲੱਭ ਰਹੇ ਸੀਗੇ, ਤੁਸੀਂ ਸੈਰ ਕਰਨੀ ਅੱਧਾ ਘੰਟਾ ਧੁੱਪ ਦੇ ਬਾਅਦ। ਖੂਨ ਦੇ ਥੱਕੇ ਜਮਾ ਰਿਹਾ, ਗਾੜਾ ਹੋ ਰਿਹਾ, ਸਟੇਰੋਇਡਸ ਨਾਲ ਫਲੱਸ਼ ਆਊਟ ਕਰ ਰਹੇ ਹਾਂ, ਖੂਨ ਪਤਲਾ ਕਰ ਰਹੇ ਹਾਂ, ਸਮਝ ਰਹੇ ਹੋ ਜਿਵੇਂ ਨਾਲੀ ਬਲੋਕ। ਹਾਂਜੀ ਮਾਤਾ ਜੀ, ਇੱਕ ਮਿੰਟ ਦਓਗੇ ਨਾ? ਇੱਥੇ ਤਜੁਰਬਾ ਕਿਵੇਂ ਚੱਲ ਰਿਹਾ? ਵਾਹਿਗੁਰੂ ਜੀ, ਪੇਸ਼ੈਂਟ ਨੇ ਸਿਰਫ 2 ਜੋੜੀ ਕੱਪੜੇ ਚਾਣਾ। ਇੰਡੀਆ ਦੇ ਵਿੱਚ ਮੈਨੂੰ ਨੀ ਪੱਲੇ ਪੈਂਦਾ, ਤੁਹਾਨੂੰ ਕਿਸੇ ਨੂੰ ਪਤਾ ਇੰਡੀਆ 'ਚ ਕਿਤੇ ਫ੍ਰੀ ਸੇਵਾ ਚੱਲ ਰਹੀ ਹੈ? ਇਹ ਟੋਟਲ ਫ੍ਰੀ ਸੇਵਾ ਹੈ, ਟੋਟਲ ਫ੍ਰੀ ਸੇਵਾ। 2 ਜੋੜੀ ਕੱਪੜੇ ਝਾੜਨਾ ਇਹਨਾਂ ਨੇ, 2 ਜੋੜੀ ਕੱਪੜੇ ਝਾੜਨਾ ਮਰੀਜ਼ ਨੇ, ਪੈਸਾ ਇੱਥੇ ਕੋਈ ਨਹੀਂ ਲੱਗਦਾ। ਭੈਣ ਜੀ, ਤੁਹਾਡੇ ਹਸਬੈਂਡ ਅੰਦਰ ਕਿੰਨੇ ਦਿਨ ਹੋ ਗਏ ਅੰਦਰ? 7 ਦਿਨ ਹੋ ਗਏ। ਕੋਈ ਪੈਸਾ ਲੱਗਿਆ ਅੰਦਰ? ਪੈਸਾ ਨਹੀਂ, ਕੋਈ ਪਰੇਸ਼ਾਨੀ ਨਹੀਂ, ਬਿਲਕੁਲ ਠੀਕ ਹੈ। ਉਹਨੂੰ ਹੋ ਰਿਹਾ ਕਿ ਮੈਂ ਠੀਕ ਹੋ ਕੇ ਘਰ ਆ ਜਾਊਂਗਾ। ਵਾਹ ਵਾਹ, ਅੱਜ ਕੀ ਕਹਿ ਰਹੇ ਹੋ? ਡਾਕਟਰ, ਉਹਨੂੰ ਖੁਦ ਉਮੀਦ ਹੈ ਕਿ ਮੈਂ ਠੀਕ ਹੋ ਕੇ ਘਰ ਆ ਜਾਊਂਗਾ। ਅੱਛਾ, ਵਾਹਿਗੁਰੂ। ਤੁਸੀਂ ਬੜੇ ਪਰੇਸ਼ਾਨ ਸੀਗੇ ਜਦ ਆਏ ਸੀ, ਯਾਦ ਹੈ? ਇਹ ਸੱਜਣ ਬਾਰ ਬਾਰ ਆ ਕੇ ਪੁੱਛਦੇ ਰਹਿੰਦੇ ਸੀ, ਹੈ ਨਾ। ਫਿਰ ਮੈਂ ਥੋੜੀ ਸਖਤਾਈ ਨਾਲ ਤੁਹਾਨੂੰ ਕਹਿੰਦਾ ਸੀ ਦੂਰ ਰਹਿਣਾ ਹੈ ਨਾ। ਅਕਾਲ ਪੁਰਖ ਦਾ, ਪਰਮਾਤਮਾ ਦਾ ਬਹੁਤ, ਕਿਆ ਨਾਮ ਹੈ ਪੇਸ਼ੈਂਟ ਦਾ? ਮਮਤਾ ਰਾਣੀ। ਨੈਗੇਟਿਵ ਹੋ ਗਏ ਹੈ, ਸਾਨੂੰ ਬਹੁਤ ਖੁਸ਼ੀ ਹੈ ਜੀ। ਸੇਵਾ ਸਫਲ ਹੋ ਜਾਂਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਦਿਨਾਂ ਦੇ ਵਿੱਚ? ਦਿਨਾਂ ਦੇ ਵਿੱਚ। ਕਿੰਨੇ ਦਿਨ ਲੱਗੇ ਹੈ? 6-7 ਦਿਨ। ਕਿੱਧਰ ਆਇਓ? ਉੱਚਾ ਬੋਲਣਾ, ਕਿਆ ਕਰੋ? ਪਹਿਲੇ ਦਿਨ ਆਏ ਜੀ, 19 ਤਰੀਕ ਨੂੰ, ਪਹਿਲੇ ਦਿਨ 19 ਤਰੀਕ ਨੂੰ। ਅੱਜ ਕਿਆ ਡੇਟ ਹੈ? ਅੱਜ 26 ਹੈ, 26। 7 ਦਿਨ, 7 ਦਿਨ ਦੇ ਵਿੱਚ ਪੇਸ਼ੈਂਟ ਨੈਗੇਟਿਵ ਹੈ ਭਾਈ ਸਾਹਿਬ। ਆਪਕੀ ਬਾਤ ਹੋ ਰਹੀ ਸੀ ਫੋਨ ਪੇ ਲਗਾਤਾਰ, ਕੋਈ ਕਮੀ ਆ ਰਹੀ ਸੀ ਖਾਣੇ ਪੀਣੇ ਮੇ? ਕੋਈ ਔਰ ਤਾਂ ਕੁਛ ਨਹੀਂ? ਠੀਕ ਹੈ। ਪੈਸਾ ਕਿਤਨਾ ਲਗਾ ਆਪਕਾ? ਪੈਸੇ ਲਗਾ 10 ਰੁਪਏ, 50 ਰੁਪਏ, 1 ਰੁਪਏ ਲਗੇ। ਟੈਸਟ ਵੀ ਹੋਏ ਥੇ ਉਨਕੇ ਕਈ?
टेस्ट 550 रुपए बस इसी के दिए, इसी के दिए, ये आपका था। अगर अगर बंदा नहीं अफोर्ड कर सकता तो टेस्ट भी संगत जी फ्री कराने, थोड़ा सहयोग है ता हो पाता। सानू बहुत खुशी है जी। कोई डाइट दे विच कमी, कोई खाने पीने च, कोई इज्जत मान दे विच। हॉस्पिटल च गए सी पहला? हाँ जी। केड़े हॉस्पिटल गए सी? यमुनानगर गए। कितने पैसे ले ले रहे थे वहां पे? 45,000 रुपए लगे। कितने दिन का? 3 दिन का। 3 दिन का 45,000 रुपए। इतने 7 दिन रहे हो, 45 रुपए भी लगे? ना जी, कुछ भी लगे। अकाल पुरख की संगत जी, ये थोड़ा सहयोग है। ये कौन दसेगा अगे? जे तुसी ऑनलाइन सेवा करोगे ता ये प्रचार होना जी। असी ग्राउंड ते, तुसी ऑनलाइन, कट्ठे रल मिल के सेवा करनी है जी। ये पॉजिटिविटी थोड़ा फर्ज बनता शेयर करना, प्लीज़, है ना। हाथ जोड़ के बेनती है जी। कुछ कहना चाहोगे संगत जो देख रही है? बहुत बहुत धन्यवाद जी आपका, शुक्रिया जी। सानू बहुत खुशी है जी। नैगेटिव है ਵੀਰੇ? ਕੋਈ ਕੁਛ ਕੁਛ ਸੇਵਾ 'ਚ ਕਮੀ ਚੱਲ ਰਹੀ ਇੱਧਰ ਆਪਣੇ? ਕੋਈ ਹੁਣ ਵੀ ਕੋਈ ਸੇਵਾ 'ਚ ਕਮੀ ਨਹੀਂ ਚੱਲ ਰਹੀ, ਸਾਰਿਆਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ। ਗੁਰਬਾਣੀ 'ਚ ਕੋਈ ਕਮੀ ਨਹੀਂ ਚੱਲ ਰਹੀ। ਕੱਲ੍ਹ ਮੈਂ ਦੇਖ ਰਿਹਾ ਸੀ ਅੰਦਰ ਬਹੁਤ ਅੱਛਾ ਪ੍ਰਚਾਰ ਚੱਲ ਰਿਹਾ ਸੀ ਗੁਰਬਾਣੀ ਦਾ। ਲਾਈਵ ਕੀਰਤਨ ਚੱਲ ਰਿਹਾ ਸ਼੍ਰੀ ਆਪਣਾ ਦਰਬਾਰ ਸਾਹਿਬ ਤੋਂ, ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਹੁੰਦਾ ਅਤੇ ਪੇਸ਼ੈਂਟਸ ਨੂੰ ਆਪਣੀਆਂ ਜਿਹੜੀਆਂ ਇਤਿਹਾਸਿਕ ਫਿਲਮਾਂ ਉਹ ਦਿਖਾਈਆਂ ਜਾਂਦੀਆਂ ਕਿ ਉਹਨਾਂ ਦਾ ਧਿਆਨ ਜਿਹੜਾ ਵੰਡਿਆ ਰਹੇ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ, ਉਹਨਾਂ ਨੇ ਕਿਵੇਂ ਡੱਟ ਕੇ ਲੜੇ ਹੋ ਕਿ ਤੁਸੀਂ ਵੀ ਇਸ ਬਿਮਾਰੀ ਤੋਂ ਡੱਟ ਨਾਲ ਡੱਟ ਕੇ ਲੜੋ। ਕੱਲ੍ਹ ਦਾ ਇੱਕ ਐਕਸਪੀਰੀਅੰਸ ਦੱਸਦਾ ਤੁਹਾਨੂੰ। ਕੱਲ੍ਹ ਇੱਕ ਮਾਤਾ ਜੀ ਆਏ, ਸਵਰਨਵੀਰ ਜੀ, ਕੱਲ੍ਹ ਇੱਕ ਮਾਤਾ ਜੀ ਆਏ ਅਤੇ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਸੀ ਅਤੇ ਅਸੀਂ ਉਹਨਾਂ ਨੂੰ ਅੰਦਰ ਜਦੋਂ ਆਈਸੋਲੇਟ ਕੀਤਾ ਤਾਂ ਮਾਤਾ ਜੀ ਨੂੰ ਅਸੀਂ 15 ਕੁ ਮਿੰਟ ਬਾਅਦ, 15 ਤੋਂ 1 ਘੰਟੇ ਦੇ ਵਿੱਚ ਵਿੱਚ ਮਿਲੇ। ਮਾਤਾ ਜੀ ਕਹਿੰਦੇ ਮੈਨੂੰ ਤਾਂ ਕੁਛ ਫੀਲ ਹੀ ਨਹੀਂ ਹੋ ਰਿਹਾ ਕਿ ਮੈਂ ਬਿਮਾਰ ਸੀ ਜਾਂ ਮੈਨੂੰ ਕੋਈ ਪ੍ਰੋਬਲਮ ਸੀਗੀ। ਇਹ ਰਿਐਲਿਟੀ ਹੈ। ਔਰ ਅੱਜ ਉਹ ਮਾਤਾ ਜੀ ਜਾ ਚੁੱਕੇ ਹੈ ਆਪਣੇ ਘਰ, ਠੀਕ ਹੋ। ਠੀਕ ਹੈ ਵੀਰ ਜੀ, ਸੰਗਤ ਜੀ ਇਹ ਤੁਹਾਡਾ ਭਰੋਸਾ ਹੈ। ਹੁਣੇ ਹੁਣੇ ਸਿਲੰਡਰ ਵੀ ਵਾਪਸ ਆਉਣੇ ਸ਼ੁਰੂ ਹੋ ਗਏ ਹੈ। ਕੁਛ ਪੇਸ਼ੈਂਟ ਰਿਕਵਰ ਕਰ ਗਏ, ਕੁਛ ਪੇਸ਼ੈਂਟ ਰਿਕਵਰ ਨਹੀਂ ਕੀਤੇ ਹੈ, ਪਰ ਸਿਲੰਡਰ ਵੀ ਵਾਪਸ ਆ ਰਹੇ ਨੇ। ਸੰਗਤ ਜੀ ਸੇਵਾ ਇਕੱਠੇ ਰਲ ਮਿਲ ਕੇ ਚੱਲਣੀ ਹੈ, ਪੋਜ਼ਿਟਿਵਿਟੀ ਨੂੰ ਸ਼ੇਅਰ ਕਰੋ, ਹੈ ਨਾ। ਆ ਦੇਖੋ ਸਿਲੰਡਰ ਪੂਰੇ ਹੈਗੇ ਨੇ, ਉਹ ਵੀ ਸੇਵਾ ਨਾਲ ਨਾਲ ਚੱਲ ਰਹੀ ਹੈ, ਆਕਸੀਜਨ ਕੰਸਨਟ੍ਰੇਟਰ ਦੀ। ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ, ਉਸ ਅਕਾਲ ਪੁਰਖ ਦੀ ਸੰਗਤ ਹੈ ਜੀ। ਹੁਣੇ ਆਂਟੀ ਵੀ ਸੈਰ ਕਰਕੇ ਅੰਦਰ ਵਾਪਸ ਗਏ ਨੇ, ਇੱਥੇ ਸੈਰ ਕੀਤੀ ਜਾ ਰਹੀ ਸੀ, ਹੈ ਨਾ। ਅੱਧਾ ਘੰਟਾ ਸੈਰ ਕਰਾਈਏ ਧੁੱਪ ਦੇ ਵਿੱਚ, ਕਿਉਂਕਿ ਸਰਕੂਲੇਸ਼ਨ ਵਧਾਉਣਾ ਹੈ, ਹੈ ਨਾ। IBY, ਹੈ ਨਾ, ਕਿੰਨਾ ਵੱਡਾ ਹੋਸਪਿਟਲ ਹੈ ਮੋਹਾਲੀ 'ਚ, 5-star ਹੋਸਪਿਟਲ ਹੈ। ਉੱਥੇ ਦੇ ਨਰਸ ਸੀਗੇ ਉਹ ਅੰਦਰ ਨੇ, 1.5 ਲੱਖ ਰੁਪਇਆ ਆਪਣੇ ਸਟਾਫ ਤੋਂ ਮੰਗਿਆ ਜਾ ਰਿਹਾ। ਹੁਣੇ ਭੈਣ ਜੀ ਕਹਿ ਰਹੇ ਸੀ, ਕਹਿੰਦੇ ਭਾਅ ਜੀ ਮੈਂ ਜੇ IBY ਗਈ ਨਾ ਹੁਣ ਵੀ ਮੇਰੀ ਲਾਸ਼ ਨਿਕਲਣੀ ਹੈ, ਤੁਹਾਡੇ ਕੋਲ ਠੀਕ ਹੋ ਕੇ ਜਾਣਾ ਮੈਂ। ਤੁਹਾਡੇ ਕੋਲ ਯਾਨੀ ਤੁਹਾਡੇ ਕੋਲ, ਉਸ ਅਕਾਲ ਪੁਰਖ ਦੀ ਸੰਗਤ ਕੋਲ ਠੀਕ ਹੋ ਕੇ ਜਾਣਾ, ਮੇਰੇ ਕੋਲ ਨਹੀਂ, ਤੁਹਾਡੇ ਕੋਲ, ਹੈ ਨਾ। ਪਲੀਜ਼ ਇੱਕ ਗੱਲ ਨੂੰ ਸਮਝੋ, ਹੈ ਨਾ। ਲਾਸ਼ਾਂ ਦੇ ਢੇਰ ਲੱਗੇ ਹੋਏ 25 ਸੈਕਟਰ ਦੇ ਵਿੱਚ, ਰੋਜ਼ 35 ਤੋਂ 34 ਲਾਸ਼ਾਂ ਰੋਜ਼ ਜਲਾਈ ਜਾ ਰਹੀਆਂ, ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ। ਤੋ ਹੱਥ ਜੋੜ ਕੇ ਬੇਨਤੀ ਹੈ, ਕੋਰੋਨਾ ਵਾਇਰਸ ਨੂੰ ਸੀਰੀਅਸਲੀ ਲਓ, ਹੈ ਨਾ। ਅਲੱਗ ਅਲੱਗ ਲੋਕ ਸਹਿਯੋਗ ਕਰ ਰਹੇ ਹੈ, ਲਗਾਤਾਰ ਕਰ ਰਹੇ ਹੈ, ਤੁਹਾਡੇ ਤੋਂ ਪੋਜ਼ਿਟਿਵਿਟੀ ਨੂੰ ਸ਼ੇਅਰ ਕਰਨ ਦੀ ਉਮੀਦ ਕਰਦਾ। ਸੋ ਪਲੀਜ਼ ਕਰਿਓ, ਹੈ ਨਾ। ਵਾਹਿਗੁਰੂ ਸਰ, ਇਹੀ ਇਹੀ ਉਮੀਦ ਹੈ ਜੀ, ਇਹੀ ਉਮੀਦ ਹੈ। ਪਲੀਜ਼, ਠੀਕ ਹੈ ਜੀ, ਪਲੀਜ਼ ਅੰਦਰ ਵੀ ਲਾਈਵ ਜਾਵਾਂਗੇ ਸ਼ਾਮ ਨੂੰ, ਉਹ ਵੀ ਸ਼ੇਅਰ ਕਰਨਾ ਹੈ, ਪਲੀਜ਼ ਸ਼ੇਅਰ ਕਰਨਾ। ਤੁਹਾਨੂੰ ਵਟਸਐਪ 'ਤੇ ਵੀ ਮਿਲ ਰਿਹਾ, ਉਹ ਵੀ ਸ਼ੇਅਰ ਕਰਨਾ, ਅੱਗੇ ਭੇਜੋ ਤਾਂ ਕਿ ਲੋਕ ਸੇਵਾ ਦਾ ਲਾਭ ਉਠਾ ਸਕਣ। ਮੇਰੇ ਹਿਸਾਬ ਨਾਲ ਸ਼ਾਇਦ ਇੰਡੀਆ 'ਚ ਕੋਈ ਹੋਏਗਾ, ਤੁਹਾਨੂੰ ਕਿਸੇ ਨੂੰ ਯਾਦ ਪੈਂਦਾ ਨਹੀਂ ਹੈ, ਬਿਲਕੁਲ ਨਹੀਂ। ਟੋਟਲ ਫ੍ਰੀ ਆਫ ਕੋਸਟ ਇਹ ਸੰਗਤ ਜੀ ਤੁਸੀਂ ਚਲਾ ਰਹੇ ਹੋ, ਟੋਟਲ ਫ੍ਰੀ ਆ। 2 ਜੋੜੀ ਕੱਪੜੇ 'ਚ ਆਉਣਾ ਪੇਸ਼ੈਂਟ ਨੇ, ਸਮਰਥ ਨਹੀਂ ਹੈ, ਟੈਸਟ ਦੇ ਵੀ ਅਸੀਂ ਪੈਸੇ ਦਿੰਦੇ ਹਾਂ ਇਕੱਠੇ ਹੋ ਕੇ।